ਉਹ ਤੂੰ ਡੇਰੇ ਸਾਹਿਬ ਜਾ ਕੇ ਕਟਾ ਗੋੜੇ ਗੋੜੇ ਜੜਾ ਬੱਜੀਆਂ ਫਿਰ ਕਿਹੜਾ ਦਿਨ ਜਿੱਦਣ ਵੇਖੜਾਵਾਂ ਨਾ ਬੱਜੀਆਂ ਤੇ ਹੁਣ ਜੇ ਕਟਾਏ ਮਹੀਨਾ ਹੋ ਗਿਆ ਬੱਲੇ ਤੇਰੇ 18 20 ਦਿਨ ਤੇਰੇ ਲਈ ਥੋੜੇ ਆ ਮੈਨੂੰ ਲੱਗਦਾ ਤੂੰ ਸਾਰਾ ਸਿਆਲ ਨਹੀਂ ਨਹਾਤਾ ਠੰਡ ਬੜੀ ਫਿਰ ਇਹਦਾ ਮਤਲਬ ਪਾਣੀ ਨਾ ਹੀ ਲੱਗੇ ਤੇਰੇ ਕਾ ਪਤਾ ਦੇ ਦੇਣਾ ਮਰਸਾ ਦਾ ਜਿਹੜਾ ਇੰਨੀ ਠੰਡ ਮਨਾਉਣ ਡਿਆ ਰੁਪਈਏ ਦਾ ਵੱਧ ਲੱਗਣੇ ਹੀ ਖਰਚਾ ਦੋ ਵਾਲ ਕੱਟਣ ਨੂੰ ਬੈਠੇ ਹੋਰ ਅਸੀਂ ਜੁੱਤੀਆਂ ਕੱਢਣ ਡੇ ਤਾਜੇ 2 ਮਿੰਟ ਕਰ ਦਿੰਦੇ ਕੋਈ ਉਹਨੇ ਮੈਨੂੰ ਜ਼ਿਆਦਾ ਛੇਤੀ ਅੱਜ ਭਾਜੀ ਓਏ ਉਹ ਬੈਠਾ ਹੀ ਜ਼ਿਆਦਾ ਛੇਤੀ ਵਾਲਾ ਆਂਦਾ ਭਰਵੱਟੇ 'ਚ ਕੱਟ ਪਾ ਦੇ ਇਹੋ ਜਿਹੇ ਕੱਟ ਪਏ ਅਜੇ ਤੱਕ ਸੂਤਰ ਨਹੀਂ ਹੋਣ ਡੇ ਤਾਜੇ 2 ਮਿੰਟ ਪਰ ਜ਼ਿਆਦਾ ਛੇਤੀ ਨਾ ਅੱਜ ਕਿਹੜੇ ਜਾਣਾ ਤੂੰ ਵਿਆਹ ਜਾਣਾ ਭਾਜੀ ਮੈਂ ਵਿਆਹ ਜਾਣਾ ਤੇ ਅਸੀਂ ਰਾਤ ਰੱਖਣਾ ਵਾ ਕੋਈ ਨਹੀਂ ਬਹਿ ਜਾ ਤੂੰ ਨਹੀਂ ਭਾਜੀ ਉਹ ਬਰਾਤ ਇੱਥੇ ਗਿੱਲਾਂ ਵਾਲੇ ਮੋੜ ਤੇ ਆ ਗਈ ਯਾਰ 2 ਮਿੰਟ ਬਹਿ ਜਾ ਉਹ ਨਹੀਂ ਭਾਜੀ ਅੱਗੇ ਤੁਹਾਨੂੰ ਕਦੀ ਕਿਹਾ ਵਾ ਚੱਲ ਯਾਰ ਚੱਲ ਚੱਲੀਏ ਕਿੱਥੇ ਚੱਲੀਏ ਬਾਹਰ ਦੇ ਕੇ ਕਢਾਉਣਾ ਭਾਜੀ ਵਿਆਹ ਜਾਣਾ ਨਾ ਆਦ ਮੋਟਰਸਾਈਕਲ ਚਲਾਈ ਜਾ ਮੈਂ ਮਗਰ ਬੈਠਾ ਕੱਟੀ ਜਾਣਾ ਚੱਲ ਨਹੀਂ ਭਾਈ ਚੱਲ ਮੈਂ ਤੇ ਬਹਿ ਜਾ ਫਿਰ ਐਡਾ ਕਾਲਾ ਤੂੰ ਸਿਰ ਪਿੜ ਲਾ ਦਿੰਦੇ ਆ ਦੁਕਾਨ ਕਾਦੀ ਪਾਲੀ ਆ ਗਾਹਕ ਵੇਖੋ ਕਿੰਨੇ ਕਾਲੇ ਨੂੰ ਕਾਲੇ ਆਉਂਦੇ ਇਹ ਕਾਹ ਪਾਦਰ ਜੇ ਦੀਆਂ ਜੜਾਵਾਂ ਨਹੀਂ ਸੂਤਰਾ ਆਉਂਦੀਆਂ ਵਾਹ ਵਾਹ ਕੇ ਮੇਰੀ ਬਾਹ ਥੱਕ ਗਈ ਜੋ ਨੰਗ ਦੀ ਨਹੀਂ ਆ ਤੇ ਆਏ ਨੇ ਮੂੰਹ ਚੁੱਕ ਕੇ ਕਿੰਨੇ ਕੁ ਛੋਟੇ ਕਰਨੇ ਥੋੜੇ ਥੋੜੇ ਕਰ ਦੋ ਆਪਣੇ ਸਾਹ ਥੋੜੇ ਥੋੜੇ ਦੱਸ ਇੰਚ ਸੂਤਰ ਕਿੰਨੇ ਕਰਨੇ ਵਗਨ ਜੋਗੇ ਰਹਿਣ ਦਾ ਬਾਕੀ ਕਰ ਦੋ ਵਗਨ ਜੋਗੇ ਤੇ ਹੁਣ ਵੀ ਨਹੀਂ ਗਏ ਕੰਗੀ ਦਾ ਕੰਗੀ ਦੇ ਵਿੱਚ ਕੁੜੀ ਵੀ ਲੰਘਣ ਦੀ ਐ ਹਿਸਾਬ ਨਾ ਕਰ ਦੋ ਭਾਈ ਮੈਂ ਨਾ ਪੇਟ ਕਰਾਉਣੇ ਆ ਮੈਂ ਨਾ ਢੇੜੀ ਜਾਣ ਦਾ ਮਿਸਤਰੀ ਨਾ ਪੈ ਪੂਰੇ ਆਉਣ ਵਾਲੇ ਆ ਤੂੰ ਜੇ ਪੈਸੇ ਮਿਲ ਲਗੇ ਨਾ ਸਟੇਟਾਂ ਦੇ ਨਾ ਲਾ ਘਿਓ ਲਿਆ ਅਮਾਸਾ ਤੇਰੀਆਂ ਬਾਚੀਆਂ ਬਾਹਰ ਆਉਣ ਪੇਟ ਕਰਾ ਕੇ ਤੂੰ ਸਮਾਨ ਖਾਣ ਬਣ ਜਾਣਾ ਮੇਰਾ ਹੀ ਭਾਈ ਪਰਵਟਿਆਂ ਦਾ ਹੱਲ ਕਰੋ ਉਹ ਕਾਲੀ ਦਾ ਕੋਈ ਇਲਾਜ ਨਹੀਂ ਆ ਬੈਠਾ ਰਹਿ ਚੁੱਪ ਕਰਕੇ ਹੁਣ ਕੀ ਕੋਈ ਤੁਹਾਡੇ ਕੋਲ ਨਹੀਂ ਮਸਲਾ ਮਸਲਾ ਹੋਣਾ ਤੇ ਮੈਂ ਆਪਣੇ ਬਾਪੂ ਨੂੰ ਲਿਆਉਣ ਲੱਗਾ ਏ ਜਾ ਜਾ ਲੈ ਆ ਇਥੋਂ ਭਰਵੱਟੇ ਪਛਾਣ ਕੇ ਲੈ ਜਾ ਤੇਰੇ ਕਿਹੜੇ ਆ ਹੋਰ ਬਾਕੀ ਹਾਲ ਜਣਾ ਵਧੀਆ ਹੀ ਵਧੀਆ ਆ ਵੇ ਅਜੇ ਤੇ ਬਗੋਣ ਵਾਲਾ ਪਾਸਾ ਬਣਾਉਣਾ ਬਣ ਜੂਗਾ ਮੈਂ ਨਾ ਬਾਜੂ ਕੋਈ ਚੱਕਰ ਹੀ ਨਹੀਂ ਕਿੰਨੀ ਮਾਇਆ 100 ਰੁਪਏ ਲੱਗੂਗਾ ਰੁਪਈਆ ਦਊਗਾ 500 ਤੇ ਪੂਰਾ ਸੇਮ ਬਣਨਾ ਚਾਹੀਦਾ ਜੀ ਮੰਜੂਰ ਆ ਕੋਈ ਨੀ ਯਾਰ ਰੋਜ ਪਾਪੀ ਬਣਾਈਦੇ ਆ ਬਣਾ ਫਿਰ ਹੋ ਜਾ ਸ਼ੁਰੂ ਲਾ ਟੋਪੀ ਮੇਰਾ ਵੀਰ ਲਾ ਟੋਪੀ ਕਿ ਮੇਰੇ ਤੇ ਹੱਥ ਲਗਾਏ ਵਿੱਚ ਉੱਥੇ ਯਾਰ ਫਿਰ ਤਾਂ ਅੱਗੇ ਕੋਈ ਗਾਹਕ ਨੀ ਆਇਆ